लुधियाना एसटीएफ नूं उदों वड्डी कामयाबी मिली जदों गुरदीप सिंह राणो मामले दे विच हरमिंदर सिंह रंधावा नूं एसटीएफ वल्लों थाईलैंड तों डिपोर्ट करवा के गिरफ्तार कर लिया। इस तों पहला इस दे साथी मनजीत सिंह मन्ना नूं वी एसटीएफ पुलिस ने निजी रिजोर्ट सानेवाल तों काबू कर लिया सी। उस वेले मुलजम दी कार चो तलाशी दे दौरान 18 किलो हेरोइन अते 6 किलो आइस यानी एम्फेटामाइन बरामद हुई सी। मुलजम हरमिंदर सिंह रंधावा बटाला दा रहण वाला अते थाईलैंड सरकार नूं एलओसी जारी करवा के उसनूं रिपोर्ट करवा के वापस बुलाया गया सी, जिस तों बाद एसटीएफ पुलिस ने उसनूं गिरफ्तार कर लिया। इस तों पहला गिरफ्तार किते मुलजम मनजीत सिंह मन्ना दी कार चो तलाशी दे दौरान 18 किलोग्राम हेरोइन अते 6 किलो आइस यानी एम्फेटामाइन बरामद कीती गई सी। दस दईए कि बहुचर्चित साबका सरपंच गुरदीप सिंह राणो ड्रग मामले विच एसटीएफ पुलिस ने हुण तक 11 मुलजमां नूं गिरफ्तार कर लिया सी अते हुण रंधावा भी एसटीएफ दे काबू आ गया है। हुण इह गिनती 12 हो गई है, जदकि मास्टरमाइंड तनवीर सिंह बेदी नूं भी आस्ट्रेलिया तों रिपोर्ट करवाउण दी तैयारी कीती जा रही है। सर, बहुचर्चित साबका सरपंच गुरदीप सिंह राणो वाले केस दे विच इक थाईलैंड दा आरोपी तुसीं गिरफ्तार कीता है, की सी पूरा मामला, इहदे बारे दिओ जानकारी। इस तरह जी, साडे मानयोग एडीजीपी साहब कोल एक इनफॉर्मर ने कोई सूचना दित्ती सी, जो ओह इनफॉर्मर मानयोग एडीजीपी एसटीएफ चीफ जी ने श्री स्नेहदीप शर्मा एआईजी एसटीएफ लुधियाना रेंज जी पास भेजा सीगा, जिन्हां ने अपना बयान लिखा के काफी आरोपियां दे बरखिलाफ, जिन्हां दे विचों मुख आरोपी तनवीर बेदी, हरमिंदर रंधावा, मनजीत मन्ना ਅਤੇ ਹੋਰ ਇਨ੍ਹਾਂ ਦੇ ਸਾਥੀ ਸਨ, ਇਨ੍ਹਾਂ ਦੇ ਵਰਖਿਲਾਫ ਅਧੀਨ ਧਾਰਾ ਐਨਡੀਪੀਐਸ ਐਕਟ ਥਾਣਾ ਐਸਟੀਐਫਏ 4 ਮਾਲੀ ਦਰਜ ਕਰਾਇਆ ਸੀ। ਉਸ ਮੁਕੱਦਮੇ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ 12 ਆਰੋਪੀਆਂ ਨੂੰ ਗ੍ਰਿਫਤਾਰ ਕਰ ਚੁੱਕੇ ਹੁਣ ਤੱਕ। ਇਨ੍ਹਾਂ ਦੇ ਬਾਅਦ ਅਸੀਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ, ਜਿਸ ਦੇ ਵਿੱਚ 31 ਕਿਲੋ 418 ਗ੍ਰਾਮ ਹੈਰੋਇਨ, 6 ਕਿਲੋ ਆਈਸ, 2 ਕਿਲੋ ਨਜ਼ੀਲਾ ਪਦਾਰਥ, 25 ਲੱਖ ਰੁਪਏ ਡਰੱਗ ਮਨੀ ਅਤੇ ਇਨ੍ਹਾਂ ਪਾਸੋਂ 4 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਸੀ। ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਆਰੋਪੀ ਹਰਮਿੰਦਰ ਸਿੰਘ ਰੰਧਾਵਾ, ਜਿਹੜਾ ਥਾਈਲੈਂਡ ਰਹਿੰਦਾ ਸੀ, ਇਹਨੂੰ ਉਥੋਂ ਦੀ ਸਰਕਾਰ ਨਾਲ ਪੱਤਰ ਵਿਹਾਰ ਕਰਕੇ ਇਹਦੇ ਬਰਖਿਲਾਫ ਪਹਿਲਾਂ ਅਸੀਂ ਐਲਓਸੀ ਜਾਰੀ ਕਰਾਈ ਅਤੇ ਫਿਰ ਉਥੋਂ ਇਹਨੂੰ ਰਿਪੋਰਟ ਕਰਵਾ ਕੇ ਇੰਡੀਆ ਵਾਪਸ ਮੰਗਵਾਇਆ ਤੇ ਇਸ ਮੁਕੱਦਮੇ ਦੇ ਵਿਚ ਇਹਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕਰਕੇ ਇਹਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਪੁਲਿਸ ਰਿਮਾਂਡ ਦੇ ਦੌਰਾਨ ਇਹਨੇ ਦੱਸਿਆ ਕਿ ਇਹਨਾਂ ਦਾ ਮੁੱਖ ਸਰਗਣਾ ਜੋ ਕਿੰਗ ਪਿੰਨ ਆ ਤਨਵੀਰ ਬੇਦੀ, ਜਿਹੜਾ ਹੁਣ ਥਾਈਲੈਂਡ ਦੇ ਸੋਰੀ ਆਸਟ੍ਰੇਲੀਆ ਦੇ ਵਿਚ ਰਹਿ ਰਿਹਾ ਅਤੇ ਉਹ ਇਨ੍ਹਾਂ ਨੂੰ ਸਾਰੀਆਂ ਗਾਈਡਲਾਈਨ ਦੇ ਮੁਤਾਬਕ ਭਾਰੀ ਮਾਤਰਾ ਦੇ ਵਿਚ ਹੈਰੋਇਨ ਤਿਆਰ ਕਰਾਉਂਦਾ ਸੀ ਤੇ ਅੱਗੇ ਸਪਲਾਈ ਕਰਾਉਂਦਾ ਸੀਗਾ। ਇਹਦੀ ਪੁੱਛਗਿੱਛ ਦੇ ਆਧਾਰ ਤੇ ਅਤੇ ਮੁਕੱਦਮਾ ਦਾ ਉਹ ਮੇਨ ਆਰੋਪੀ ਹੈ ਜਿਹਨੂੰ ਅਸੀਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਰਹੇ ਹਾਂ ਅਤੇ ਇੰਡੀਆ ਵਾਪਸ ਲਿਆਉਣ ਲਈ ਪੱਤਰ ਵਿਹਾਰ ਆਸਟ੍ਰੇਲੀਆ ਗੌਰਮੈਂਟ ਨਾਲ ਕਰਕੇ ਉਹਨੂੰ ਵਾਪਸ ਲਿਆਵਾਂਗੇ ਤੇ ਉਸ ਨੂੰ ਵੀ ਇਸ ਮੁਕੱਦਮੇ ਦੇ ਵਿਚ ਗ੍ਰਿਫ਼ਤਾਰ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੀ ਪੂਰੀ ਡੂੰਘਾਈ ਨਾਲ ਜਾਂਚ ਕਰਾਂਗੇ ਤੇ ਤਫਤੀਸ਼ ਨੂੰ ਅੱਗੇ ਵਧਾਵਾਂਗੇ। ਸਰ, ਜਿਹੜਾ ਹਰਮਿੰਦਰ ਸਿੰਘ ਰਾਣਾ ਆ ਜਾਂ ਤਨਵੀਰ ਬੇਦੀ ਆ, ਇਹ ਐਨਆਰਆਈ ਨੇ ਜਾਂ ਇੱਥੇ ਦੇ ਵਸਨੀਕ ਨੇ, ਇਹਦੇ ਬਾਰੇ ਦਿਓ ਜਾਣਕਾਰੀ। ਜਿਹੜਾ ਹਰਮਿੰਦਰ ਸਿੰਘ ਰੰਧਾਵਾ ਅਸੀਂ ਕਾਬੂ ਕੀਤਾ, ਗ੍ਰਿਫ਼ਤਾਰ ਕੀਤਾ, ਇਹ ਅਤੇ ਤਨਵੀਰ ਬੇਦੀ ਜਿਹੜਾ ਹੁਣ ਆਸਟ੍ਰੇਲੀਆ ਦੇ ਵਿਚ ਰਹਿ ਰਿਹਾ, ਇਹ ਬੇਸਿਕਲੀ ਪੰਜਾਬ ਦੇ ਜ਼ਿਲ੍ਹਾ ਬਟਾਲਾ ਦੇ ਰਹਿਣ ਵਾਲੇ ਨੇ, ਬਟ ਹੁਣ ਉਥੇ ਬਾਹਰਲੇ ਕੰਟਰੀਆਂ ਦੇ ਵਿਚ ਬੈਠ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ। ਪੱਕੇ ਤੌਰ ਤੇ ਉਥੇ ਪੀਆਰ ਨੇ ਉਥੇ ਦੇ, ਇਹਦੇ ਬਾਰੇ ਅਸੀਂ ਅਜੇ ਜਾਂਚ ਪੜਤਾਲ ਕਰ ਰਹੇ ਹਾਂ। ਜਿਹੜਾ ਇਹ ਤਾਂ ਆਉਂਦਾ ਜਾਂਦਾ ਰਹਿੰਦਾ ਸੀ, ਤਨਵੀਰ ਬੇਦੀ ਵੀ ਉਹਦੇ ਬਾਰੇ ਵੀ ਅਸੀਂ ਰਿਕਾਰਡ ਇਕੱਠਾ ਕਰ ਰਹੇ ਹਾਂ ਤੇ ਉਹਦਾ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਕੇ ਉਹਨੂੰ ਵੀ ਜਲਦੀ ਤੋਂ ਜਲਦੀ ਇੰਡੀਆ ਲਿਆ ਕੇ ਇਸ ਮੁਕੱਦਮੇ ਦੇ ਵਿਚ ਉਹਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ, ਸਿਟੀ ਹੋਮ ਨਿਊਜ਼।